ਸ਼ਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਹਾਂਜੀ ਸਵਾਗਤ ਹੈ ਵੀਰੇ ਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9878390942 ਜੇਕਰ ਤੁਸੀਂ ਵੀਰੇ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ, ਹਾਲਤੀਆਂ ਤਾਂ ਉਹਦੀਆਂ 4-5 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਤੇ ਇੱਕ ਵੀਰੇ ਜਿੰਨੇ ਵੀ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਹਦਾ ਰੇਟ, ਏਰੀਆ, ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਜ਼ਰੂਰ ਦੱਸਦਿਆ ਕਰਨ ਜਦੋਂ ਵੀਰੇ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਤੁਹਾਡੀ ਐਡ ਲੇਟ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਜਲ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲਦ ਜਲ ਸੇਲ ਹੋ ਸਕੇ ਤੇ ਇੱਕ ਵੀਰੇ ਸਾਰੀ ਵੀਰਾਂ ਨੂੰ ਹੋਰ ਰਿਕਵੈਸਟ ਹੈ ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਹਦਾ ਰੇਟ ਮਾਰਕੀਟ ਵੈਲਿਊਸ ਨਾਲ ਦੱਸਿਆ ਕਰਨਾ ਉਹਨਾਂ ਦਾ ਰੇਟ ਦੱਸਿਆ ਕਰੋ ਵੀਰੇ ਜਿੰਨੇ ਕੁ ਦੀ ਮਸ਼ੀਨਰੀ ਹੋਵੇ ਕਈ ਕਈ ਮੇਰੇ ਵੀ ਰੇਟ ਬਹੁਤ ਜ਼ਿਆਦਾ ਮੰਗ ਲੈਂਦੇ ਆ ਫਿਰ ਵੀਰੇ ਵੀਰਾਂ ਦੇ ਕਮੈਂਟਸ ਵੀ ਆਉਂਦੇ ਆ ਕਿ ਰੇਟ ਜ਼ਿਆਦਾ ਹੈ ਇਸ ਕਰਕੇ ਉਹ ਨਾ ਗ੍ਰੇਡ ਦੱਸਿਆ ਕਰੋ ਜਿੰਨੇ ਇੱਕ ਦੀ ਮਸ਼ੀਨਰੀ ਹੋਵੇ ਜੇ ਕੋਈ ਰੇਟ ਜਾ ਦੱਸੂਗਾ ਆਪਾਂ ਉਹਦੀ ਐਡ ਆਪਣੇ ਚੈਨਲ ਤੇ ਨਹੀਂ ਕਰਨੀ ਥੈਂਕ ਯੂ ਵੀਰੇ ਅੱਜ ਆਪਣੇ ਕੋਲੇ ਸੇਲ ਵਿੱਚ ਛੀਜੀ ਜਾਣੇ ਜਿਹੜਾ ਪਤਾ ਦਿੱਲੀ ਲੈ ਕੇ ਆਏ ਆ ਫਾਰਮ 60 ਸੁਪਰ ਮੈਕਸ ਟਰੈਕਟਰ ਜਿਪਸੀ ਕਲਾਸਿਕ ਬੁਲਟ ਟਾਟਾ ਇੰਡੀਗੋ ਗੱਡੀ ਸਵਰਾਜ 852 ਐਫੀ ਤੇ 7 ਫੁੱਟਾ ਰੋਟਾਵੇਟਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਜਿਪਸੀ ਦੀ ਇਹ ਗੱਡੀ ਵੀਰੇ 1998 ਮਾਡਲ ਹੈ ਤੇ ਗੱਡੀ ਜਲੰਧਰ ਏਰੀਆ ਵਿੱਚ ਖੜੀ ਹੈ ਗੱਡੀ ਦੇ ਵੀਰੇ ਨੀਸਾਨ ਦਾ ਇੰਜਨ ਲੱਗਿਆ ਹੋਇਆ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਗੱਡੀ ਦਾ ਵੀਰੇ ਇੱਕਦਮ ਸਾਫ਼ ਰੰਗ ਪੇਂਟ ਪਿਆ ਹੈ। ਕਿਤੋਂ ਵੀ ਰੰਗ ਪੇਂਟ ਖਰਾਬ ਨਹੀਂ ਹੋਇਆ। ਤੇ ਗੱਡੀ ਦੇ ਵੀਰੇ ਏਸੀ ਲੱਗਿਆ ਹੋਇਆ ਹੈ। ਏਸੀ ਵਾਲੀ ਗੱਡੀ ਹੈ। ਬਾਕੀ ਵੀਰੇ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ। ਇੱਕਦਮ ਸਾਫ਼ ਏ ਕਲਾਸ ਦਾ ਇੰਟੀਰੀਅਰ ਹੈ। ਲੈਦਰ ਸੀਟ ਕਵਰ ਜੁ ਲੱਗੇ ਹੋਏ ਨੇ। ਇੱਕਦਮ ਸਾਫ਼ ਸੀਟ ਕਵਰ ਹੈ। ਕਿਤੋਂ ਵੀ ਸੀਟ ਕਵਰ ਫਟੇ ਵਗੈਰਾ ਨਹੀਂ ਹੋਏ। ਤੇ ਗੱਡੀ ਦਾ ਵੀਰੇ ਏਸੀ ਹੀਟਰ ਬਿਲਕੁਲ ਓਕੇ ਹੈ ਤੇ ਗੱਡੀ ਪਾਵਰ ਸਟੀਅਰਿੰਗ ਦੇ ਨਾਲ ਹੈ। ਤੇ ਗੱਡੀ ਦੇ ਉਹ ਟਾਇਰ ਹੈ ਵੀਰੇ 60 70 ਪੈਸੇ ਗੱਡੀ ਦੇ ਟਾਇਰ ਪਏ ਆ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਤੇ ਚਾਰੇ ਟਾਇਰਾਂ ਦੇ ਵੀਰੇ ਅਲਵਾਏ ਵੀਲ ਚ ਚੜੇ ਹੋਏ ਆ ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਤੇ ਸਰਵਿਸ ਵੀਰੇ ਮਾਲਕ ਵੀਰ ਨੇ ਕਰਵਾਈ ਹੋਈ ਹੈ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੈ ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,25,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ ਤੇ ਨੰਬਰ ਮਾਲਕ ਵੀ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98763 41345 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ ਤੇ ਇੱਕ ਵੀਰੇ ਕੋਈ ਵੀ ਮਸ਼ੀਨਰੀ ਕੀਦਣ ਸਮੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਰਾਇਲ ਐਨਫੀਲਡ ਕਲਾਸਿਕ ਬੁਲਟ ਦੀ эйਬੋल्ट 2015 ਮਾਡਲ ਹੈ ਤੇ ਬੁਲਟ ਵੀਰੇ ਪਟਿਆਲੇ ਏਰੀਆ ਵਿੱਚ ਖੜਾ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਫੋਟੋਆਂ ਮ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਮੋਟਰਸਾਈਕਲ ਦਾ ਵੀਰੇ ਪੰਜਾਬ ਦਾ ਨੰਬਰ ਹੈ। ਬਾਕੀ ਮੋਟਰਸਾਈਕਲ ਦਾ ਪੇਂਟ ਵੀਰੇ ਆਲ ओरिजिनल ਹੈ। ਕਿਤੇ ਵੀ ਮੋਟਰਸਾਈਕਲ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। ਕਿਤੇ ਰੰਗ ਪੇਂਟ ਖਰਾਬ ਨਹੀਂ ਹੋਇਆ। ਦੇਖਣ ਨੂੰ ਕਿਤੇ ਸਕ੍ਰੈਚ ਤੱਕ ਨਹੀਂ। ਇੱਕਦਮ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ। ਤੇ ਮੋਟਰਸਾਈਕਲ ਦੇ ਸਾਰੇ ਪਾਰਟਸ ओरिजिनल ਪਾਰਟਸ ਨੇ। ਕੋਈ ਵੀ ਪਾਰਟ ਮੋਟਰਸਾਈਕਲ ਦਾ ਚੇਂਜ ਨਹੀਂ ਕੀਤਾ ਗਿਆ। ਆਲ ओरिजिनल ਮੋਟਰਸਾਈਕਲ ਹੈ ਵੀਰੇ ਤੇ ਮੋਟਰਸਾਈਕਲ ਦੇ ਉਹ ਅਸੀਂ ਬੱਸੇ ਮੋਟਰਸਾਈਕਲ ਦੇ ਟਾਇਰ ਪਏ ਆ ਤੇ ਦੋਵੇਂ ਟਰਾਂ ਦੇ ਅਲਵਾਇਲ ਬਿੱਲ ਜੜੇ ਹੋਏ ਨੇ ਤੇ ਮੋਟਰਸਾਈਕਲ ਦੇ ਵੀਰੇ ਕੋਬਰਾ ਸਲੈਂਸਰ ਲੱਗਿਆ ਹੋਇਆ ਫੋਟੋਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਮੋਟਰਸਾਈਕਲ ਦੇ ਵੀਰੇ ਰੂਟਸ ਦੇ ਵੱਡੇ ਹਾਰਨ ਲੱਗੇ ਹੋਏ ਨੇ ਤੇ ਅਗਲੀ ਹੈੱਡਲਾਈਟ ਵੀਰੇ LED ਵਾਲੀ ਲੱਗੀ ਹੋਈ ਹੈ ਬਾਕੀ ਮੋਟਰਸਾਈਕਲ ਚ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ A ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਖੜਾ ਹੈ ਤੇ ਇਹ ਮੋਟਰਸਾਈਕਲ ਵੀਰੇ 16000 ਕਿਲੋਮੀਟਰ ਚੱਲਿਆ ਹੋਇਆ ਹੈ ਮੀਟਰ ਦੀਆਂ ਫੋਟੋਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਾਕੀ ਮਾਲਕ ਵੀਰ ਵੱਲੋਂ ਮੋਟਰਸਾਈਕ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਮੋਟਰਸੈਲ ਲੈਂਡਸਮੇਤੀ ਮੋਟਰਸੈਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਮੋਟਰਸੈਨ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖਿਆ 1,20,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 87280 72000 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਮੋਟਰਸੈਨ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਗੱਲਬਾਤ ਕਰਕੇ ਮੋਟਰਸੈਨ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਆ ਜੀ ਸਵਰਾਜ 852 ਐਪੀ ਪੋਸਟਾਟਰ ਟਰੈਕਟਰ ਬਾਰੇ ਇਹ ਟਰੈਕਟਰ 2008 ਮਾਡਲ ਹੈ ਤੇ ਟਰੈਕਟਰ ਵੀਰੇ ਫਤੇਗੜ ਸਾਹਿਬ ਏਰੀਆ ਵਿੱਚ ਖੜਾ ਹੈ ਬਾਕੀ ਹਾਲਤ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦਾ ਵੀਰੇ ਬਾਡੀ ਚਾਸੀ ਲਿੰਕਾਂ ਦਾ ਪੇਂਟ ਆਲ オリジナル ਹੈ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ ਕਿਤੇ ਵੀਰੇ ਟਰੈਕਟਰ ਦਾ ਰੰਗ ਪੇਂਟ ਲਿਹਾ ਨਹੀਂ ਹੋਇਆ ਕਿਤੇ ਖਰਾਬ ਨਹੀਂ ਹੋਇਆ ਦੇਖਣ ਨੂੰ ਸ਼ੋ ਤੇ ਕਿਤੇ ਸਕਰਾਚ ਤੱਕ ਨਹੀਂ ਇੱਕਦਮ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਤੇ ਟਰੈਕਟਰ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰ ਟਰੈਕਟਰ ਆਲ ओरिजिनल ਟਰੈਕਟਰ ਹੈ ਵੀਰੇ ਤੇ ਟਰੈਕਟਰ ਦੇ ਉਹ ਟਾਇਰ ਹੈ 95 65 ਟਰੈਕਟਰ ਦੇ ਟਾਇਰ ਪਏ ਆ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਐਮ ਆਰ ਪੀ ਦੇ ਟਾਇਰ ਹੈ ਵੀਰੇ ਇਕਦਮ ਨਵੀਂ ਹਾਲ ਦੇ ਵਿੱਚ ਟਾਇਰ ਪਏ ਆ ਤੇ ਟਰੈਕਟਰ ਦੇ ਵੀਰੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਇਹ ਟਰੈਕਟਰ ਡਬਲ ਕਾਰਚ ਪਾਵਰ ਬ੍ਰੇਕ ਪਾਵਰ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਇੰਜਨ ਗੇਅਰ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ ਨਹੀਂ ਕੋਈ ਬਲੋ ਨਹੀਂ ਮਾਰਦਾ ਕਿਤੇ ਕੋਈ ਲੀਕ ਸੀਕ ਨਹੀਂ ਵੀਰੇ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਲੈਂਸਵੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖੀ ਹੈ 390000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98140 32885 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਆ ਜੀ ਫਾਰਮ ਸੱਟ ਸੁਪਰਮੈਕਸ ਟਰੈਕਟਰ ਬਾਰੇ ਇਹ ਟਰੈਕਟਰ 2015 ਮਾਡਲ ਹੈ ਤੇ ਟਰੈਕਟਰ ਵੀਰੇ ਮੋਗੀ ਰੀਵਕੇ ਖੜਾ ਹੈ ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦਾ ਵੀਰੇ ਬਾਡੀ ਚੈਸੀ ਲਿੰਕਾਂ ਦਾ ਪੇਂਟ ਆਲ オリジナル ਹੈ ਜੋ ਰੰਗ ਭੇਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ ਕਿਤੇ ਟਰੈਕਟਰ ਦਾ ਰੰਗ ਪੇਂਟ ਲਿਹਾ ਨਹੀਂ ਹੋਇਆ ਕਿਤੇ ਖਰਾਬ ਨਹੀਂ ਹੋਇਆ ਦੇਖਣ ਨੂੰ ਕਿਤੇ ਸਕਰਾਚ ਤੱਕ ਨਹੀਂ ਇੱਕਦਮ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਹੈ ਤੇ ਟਰੈਕਟਰ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਆਲ ओरिजिनल ਟਰੈਕਟਰ ਹੈ ਵੀਰੇ ਤੇ ਟਰੈਕਟਰ ਦੇ ਉਹ ਟਾਇਰ ਹੈ ਉਹ ਵੀ ਨਾਲ ਦੇ ਟਾਇਰ ਨੇ 80% ਟਰੈਕਟਰ ਦੇ ਟਾਇਰ ਪਏ ਆ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ एकदम ਸਾਫ ਪੱਕੇ ਤੇ ਬਿਲਕੁਲ ਬੇਦਗ ਟਾਇਰ ਨੇ ਇੱਕਦਾਂ ਨਵੀਂ ਹਾਲ ਦੇ ਟਾਇਰ ਨੇ ਤੇ ਪਿਛਲੇ ਰਿੰਬਾਂ ਤੇ ਵੀਰੇ ਵੇਟ ਲੱਗੇ ਹੋਏ ਆ ਬਾਕੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਤੇ ਟਰੈਕਟਰ ਵੀਰੇ ਡਬਲ ਕਲੱਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ ਤੇ ਰਿਵਰਸ ਵੀਡੀਓ ਦੇ ਨਾਲ ਆ ਇੰਜਨ ਗੇਅਰ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਬਾਕੀ ਵੀਰੇ ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਲੈਣ ਸਮੇਂ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖੀ ਹੈ 485000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ 978118 81412 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp 'ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ Tata Indigo ਗੱਡੀ ਦੀ ਇਹ ਗੱਡੀ 2012 ਮਾਡਲ ਹੈ ਤੇ ਗੱਡੀ ਵੀਰੇ ਪਿੰਡ ਰਾਮਪੁਰ ਵਿਖੇ ਖੜੀ ਹੈ ਜੋ ਕਿ ਫਤੇਗੜ ਸਾਹਿਬ ਏਰੀਆ ਵਿਖੇ ਪੈ ਜਾਂਦਾ ਹੈ ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ ਗੱਡੀ ਦਾ ਪੰਜਾਬ ਦਾ ਨੰਬਰ ਹੈ ਤੇ ਗੱਡੀ ਦਾ ਵੀਰੇ ਸਾਰਾ ਰੰਗ ਪਿੰਡ ਆਲ オリジナル ਹੈ ਕਿਤੋਂ ਵੀ ਗੱਡੀ ਨੂੰ ਦੁਆਰ ਰੰਗ ਪੇੜ ਨਹੀਂ ਕੀਤਾ ਗਿਆ ਕਿਤੋਂ ਰੰਗ ਪੇੜ ਖਰਾਬ ਨਹੀਂ ਹੋਇਆ ਤੇ ਗੱਡੀ ਦੇ ਸਾਰੇ ਪਾਰਟਸ オリジナル ਪਾਰਟਸ ਨੇ ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ ਆਲ オリジナル ਗੱਡੀ ਹੈ ਵੀਰੇ ਤੇ ਗੱਡੀ ਦੇ ਉਹ ਟਾਇਰ ਹੈ 80 ਪੈਸੇ ਗੱਡੀ ਦੇ ਟਾਇਰ ਪਏ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਤੇ ਚਾਰੇ ਟਾਇਰਾਂ ਦੇ ਵੀਰੇ 휠 ਕੱਪ ਚੜੇ ਹੋਏ ਹੈ ਤੇ ਗੱਡੀ ਦੇ ਵੀਰੇ ਇੰਡੀਰੀਅਰ ਬਾਰੇ ਗੱਲ ਕਰੀਏ ਇਕਦਮ ਸਾਫ਼ ਏਕਲਾ ਦਾ ਇੰਡੀਰੀਅਰ ਲੱਗਾ ਹੋਇਆ ਹੈ ਸੀਟ ਕਵਰ ਤੁਸੀਂ ਦੇਖ ਸਕਦੇ ਹੋ ਲੈਦਰ ਦੇ ਸੀਟ ਕਵਰ ਜੁ ਲੱਗੇ ਹੋਏ ਹੈ ਕਿਤੋਂ ਕੋਈ ਸੀਟ ਕਵਰ ਫਟੇ ਵਗੈਰਾ ਨਹੀਂ ਹੋਏ ਤੇ ਨਵੀਂ ਮੈਟਿੰਗ ਹੋਈ ਹੋਈ ਹੈ نیچے। ਇਕ ਕਦਮ ਸਾਫ ਡੈਸ਼ਬੋਰਡ ਪਿਆ ਹੈ। ਗੱਡੀ ਦਾ AC ਹੀਟਰ ਬਿਲਕੁਲ ਓਕੇ ਹੈ। ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ। ਤੇ ਗੱਡੀ ਵੀਰੇ ਪਾਵਰ ਬ੍ਰੇਕ ਪਾਵਰ ਵਿੰਡੋਜ਼ ਤੇ ਪਾਵਰ ਸਟੀਅਰਿੰਗ ਦੇ ਨਾਲ ਹੈ। ਅਗੋਰੇ ਤੁਸੀਂ ਇੰਜਨ ਦੀਆਂ ਫੋਟੋਆਂ ਦੇਖ ਸਕਦੇ ਹੋ ਤੇ ਮਾਲਕ ਵੀਰ ਨੇ ਵੀਰੇ ਗੱਡੀ ਸਰਵਿਸ ਕਰਵਾਈ ਹੋਈ ਹੈ। ਕੋਈ ਕਮੀ ਪੇਸ਼ੀ ਨਹੀਂ ਗੱਡੀ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। A ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੈ। ਗੱਡੀ ਲੈਂਸਵੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ ਉਹ ਰੱਖੀ 170000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 62834 47638 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਦੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ 7 ਫੁੱਟੇ ਰੋਟਾਵੇਟਰ ਦੀ ਇਹ ਰੋਟਾਵੇਟਰ 2014 ਮਾਡਲ ਹੈ ਤੇ ਰੋਟਾਵੇਟਰ ਵੀਰੇ ਬਟਾਲੀ ਏਰੀ ਵਿਖੇ ਖੜਾ ਹੈ ਬਾਕੀ ਹਾਲ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਰੋਟਾਵੇਟਰ ਦਾ ਆਲ オリジナル ਰੰਗ ਪੇਂਟ ਹੈ ਕਿਤੇ ਵੀ ਰੋਟਾਵੇਟਰ ਨੂੰ ਦੁਬਾਰਾ ਰੰਗ ਪੇਟ ਨਹੀਂ ਕੀਤਾ ਗਿਆ ਇੱਕਦਮ ਵਧੀਆ ਹਾਲ ਦੇ ਵਿੱਚ ਰੰਗ ਪੇਂਟ ਪਿਆ ਹੈ ਬਾਕੀ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿਤੇ ਕੋਈ ਰੋਟਾਵੇਟਰ ਗਲਿਆ ਸੜਿਆ ਨਹੀਂ ਹੋਇਆ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਹੈ ਤੇ ਰੋਟਾਵੇਟਰ ਨੇ ਵੀਰੇ ਪੱਤੀਆਂ ਦੀਆਂ ਫੋਟੋਆਂ ਮਾਸਕ੍ਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਕਦਮ ਵਧੀਆ ਹਾਲ ਦੇ ਵਿੱਚ ਪੱਤੀਆਂ ਪਈਆਂ ਨੇ ਮਾਲਕ ਵੀਰ ਵੱਲੋਂ ਵੀਰੇ ਰੋਟਾਵੇਟਰ ਦੀ ਪੂਰੀ ਫੁੱਲ ਗਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਰੋਟਾਵੇਟਰ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਤੇ ਮਾਲਕ ਵੀਰ ਨੇ ਰੋਟਾਵੇਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 50000 ਰੁਪਏ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 94178 71051 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਜੇ ਕੋਈ ਵੀ ਮੇਰਾ ਵੀਰੇ ਰੋਟਾਵੇਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਗੱਲਬਾਤ ਕਰਕੇ ਰੋਟਾਵੇਟਰ ਵੀਰ ਤੋਂ ਖਰੀਦ ਸਕਦਾ ਹੈ ਥੈਂਕ ਯੂ ਵੀਰੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀਰ ਵੀ ਆਪਣੀ ਵੀਡੀਓ ਦੇਖ ਸਕਣਾਂ ਇਹਨਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣੇ ਹੈ ਵੇਚਣੇ ਚ ਕੋਈ ਦਿੱਕਤ ਨਾ ਆ ਸਕੇ ਤੇ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਵੀਰੇ ਡੇਲੀ ਪੰਜ ਛੇ ਮਸ਼ੀਨਰੀਆਂ ਦੀ ਤੇ ਮੈਸੇ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣੇ ਵਿੱਚ ਨੂੰ ਆਸਾਨੀ ਮਿਲ ਸਕੇ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜੱਟਾਂ ਦੇ ਡਾਇਰੈਕਟਰ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ